ते मैं इलेक्शन लड़ रहा बिल्लू दे सामने यार तू मेरे नाल एक बारी मेनू घर घर पिंड च लै चल। ते गांधी कई देर सोच के गांधी दे पिता जी है ताए उन्हें आख्या यार कोई गल नहीं तेरा दोस्त है यार तू लै जा। ते मैं उहदे नाल सारे पिंड पिंड घर घर फेरी कढ़ी ते अथने नूं 7:00 बज गए जदों मैं आके गांधी दे घरे बैठा ते सांस नूं लैके पानी पूनी पी के गांधी मैनूं कहिंदा भाई तू तां पता नहीं जित्तू हारू पर सवेरे लोग दलिए मेरी पाइप पट देणगे। मेरे दिमाग च आ गई भी पाइप कदी पट देणगे। मैं सोचा कोई टूटी पट देणगे घर वाली। मैं कहा तेरी पाइप कहिंदा यार जिहड़ी मेरी खेतां च मैं पाइप पाई है वह लोग दलिया के खेतां च आउंदी है ते बिल्लू नूं उहने आखणा है उन्होंने पाइप मेरी पट देणी। ते मैं घरे आ गया मैं रात नूं सोची गया मैं कह रहा असीं सारी उम्र किसानां वास्ते लड़े हां ते किसान जदों वोटां आउंदियां ना उदों एक किसान नूं जंजाल च फसा लैंदे घेरा पा के उहनूं बाहर नहीं कढ दिंदे निकल दिंदे। यार आपां कोई इहो जिहा काम करिए भी गांधी वर्गे पता नहीं किन्ने किसान जिहड़े है उह पंची सरपंची ब्लाक समिति जिला परिषद एम पी एम एल ए वाली वोटां चों ना उहने दाब मंगदे आ क्यों अगला कहिंदा साडे नाल नहीं खड़ोगे असीं पाइप पट देंगे ते उह बंदा वोट नहीं पाउंदा क्यों दिमागी तौर ते उह दबिया हुंदा है। ते मैं सोचा भी आपां इहदा कोई इलाज करिए मैं उहदे कागज कूगज करके तैयार खाखा जा ते सीएम साहब कोल गया। मैं कहा सीएम साहब हरियाणा के 6 जिले का किसान दिमागी तौर ते दबाव च है पार्टियां ते आपां किसान नूं आजाद करना है असली हक है भी उह आपदा वोट आजादी नाल पावे फिर तां हक है नहीं तां 47 दी आजादी तां लै ली पर वोट वाली आजादी असीं लई नहीं। ते खट्टर साहब ने आख्या सीएम साहब ने इहो जी की चीज है। मैं कहा जी जिहड़ा किसान पाइपां राही खेती करदा नप के इक तां जदों भी जी करे उह पाइप पा ले कोई रोके ना दूजी उहदी पाइप जे कोई पाड़ूगा सारा हरजाना उस बंदे नूं पै जूगा। इह गल मैं क्यों कहना इत्थे सेठ जी बैठे है हुण आपां खेती करदे हां 7-8 लाख रुपया 20 लाख रुपया पाइप का लगता है वह 20 लाख रुपया आपां जमीन च नपदे हां जमीन च ਕਿਸੇ ਸੇਠ ਨੂੰ ਕਹਿ ਦਿਓ ਭਾਈ ਝੋੜੇ ਜੇ 20 ਲੱਖ ਪਾ ਗੱਡਾ ਖੋਦ ਕੇ ਅੰਦਰ ਨੱਪੀ ਉਹ ਕਹਿੰਦਾ ਸਰਦਾਰ ਜੀ ਪੁੱਠੀਆਂ ਗੱਲਾਂ ਕਰਦੇ ਪੈਸਾ ਨੱਪਣ ਵਾਲੀ ਚੀਜ਼ ਹੈ ਤੇ ਆਪਾਂ ਪਾਈਪ ਨੱਪੀ ਉਹ ਪੈਸੇ ਦੀ ਨਹੀਂ ਆਉਂਦੀ। ਤੇ ਮੈਂ ਹਰਿਆਣੇ ਚ ਪੱਕਾ ਕਾਨੂੰਨ ਬਣਾਇਆ ਮੈਨੂੰ ਲੱਗੇ 9-10 ਮਹੀਨੇ ਲੇਕਿਨ ਮੈਂ ਪੱਕਾ ਕਾਨੂੰਨ ਬਣਾ ਤਾ ਅੱਜ ਕੋਈ ਜ਼ਿਮੀਦਾਰ ਦੀ ਕੋਈ ਜ਼ਿਮੀਦਾਰ ਪਾਈਪ ਨਹੀਂ ਪਾੜ ਸਕਦਾ ਇਹ ਪੱਕਾ ਕਾਨੂੰਨ ਬਣਾਇਆ। ਦੂਜਾ ਕਾਨੂੰਨ ਮੈਂ ਬਣਾਇਆ ਜਿਹੜੇ ਖਾਲ ਹੈ ਖਾਲ ਵਾਲੀ ਖੇਤੀ ਕਰਦੇ ਆਪਾਂ ਪਾਣੀ ਜਿਹੜਾ ਉਹ ਖਾਲ ਜਿਹੜਾ 20 ਸਾਲਾਂ ਤੋਂ ਬਣਦਾ ਪੱਕਾ ਖਾਲ ਤੇ ਜੇ ਉਹ ਖਾਲ ਟੁੱਟ ਜੇ ਤਾਂ ਵਿਚਾਲੇ ਫਿਰ ਕਿਸਾਨ ਔਖਾ ਹੁੰਦਾ। ਮੈਂ ਸਰਕਾਰ ਨੂੰ ਆਖਿਆ ਵੀ 20 ਸਾਲ ਵਾਲੀ ਕੰਡੀਸ਼ਨ ਘਟਾ ਕੇ ਤੁਸੀਂ ਇੱਕ ਸਕੀਮ ਹੋਰ ਲੈ ਕੇ ਆਓ ਜੇ 15 ਸਾਲਾਂ ਚ ਖਾਲ ਟੁੱਟ ਜੇ ਤਾਂ ਜ਼ਿਮੀਦਾਰ ਨੂੰ ਸਹਾਇਤਾ ਦਿਓ 75 ਪੈਸੇ ਜ਼ਿਮੀਦਾਰ ਨੂੰ ਦਿਓ 25 ਪੈਸੇ ਜ਼ਿਮੀਦਾਰ ਪਾਊਗਾ 75-25 ਦਾ ਹਿਸਾਬ ਬਣਾ ਕੇ ਤੇ ਉਹ ਖਾਲ ਜ਼ਿਮੀਦਾਰ ਆਪਦਾ ਖਾਲ ਆਪ ਬਣਾਏ। ਇਹ ਜਦੋਂ ਗੱਲ ਆਖੀ ਸਾਰੇ ਅਫਸਰ ਖੜੇ ਹੋ ਗਏ ਭਾਈ ਜ਼ਿਮੀਦਾਰ ਨੂੰ ਖਾਲ ਨਹੀਂ ਬਣਾਉਣਾ ਆਉਂਦਾ। ਮੈਂ ਕਿਹਾ ਇਹਨਾਂ ਨੂੰ ਖੱਟਰ ਸਾਹਿਬ ਸਾਡੇ ਇਲਾਕੇ ਚ ਭੇਜੋ ਪਹਿਲਾਂ ਸਾਡੇ ਕੱਚੀਆਂ ਸਾਲਾਂ ਸੀ ਅਸੀਂ ਗੋਬਰ ਲੀਪਦੇ ਸੀ ਗਾਰਾ 5-5, 6-6 ਘਰਾਂ ਦੀ ਬੁੜੀਆਂ ਇਕੱਠੀ ਹੋ ਕੇ ਇੱਕ ਦਿਨ ਇੱਕ ਦਾ ਘਰ ਲਿਪਦੀ ਸੀ ਦੂਜੇ ਹੁਣ ਸਾਡੇ ਸਾਲਾਂ ਨਹੀਂ ਰਹੀਆਂ ਹੁਣ ਤਾਂ ਕੋਠੀਆਂ ਇੱਥੇ ਸਾਨੂੰ ਕੋਠੀ ਬਣਾਉਣੀ ਆਉਂਦੀ ਹੈ ਸਾਨੂੰ ਖਾਲ ਨਹੀਂ ਬਣਾਉਣੇ ਆਉਂਦੇ। ਇਹ ਗੱਲ ਮੈਂ ਉਹਨਾਂ ਨੂੰ ਆਖੇ ਤੇ ਇੱਕ ਸਕੀਮ ਹੋਰ ਲਾਗੂ ਕਰਾਈ ਹੈ ਵੀ ਖਾਲ ਵਾਲੀ ਹੁਣ ਤੁਹਾਡੇ ਪਿੰਡ ਦੇ ਤਾਇਆ ਗੁਰਜੰਟ ਬੈਠਾ ਤੇ ਮੈਂ ਕਿੱਥੇ ਹੈ ਆ ਜਾਓ ਆ ਜਾਓ ਇੱਧਰ ਆ ਜਾਓ ਸਾਰੇ ਇਹਨਾਂ ਦਾ ਖਾਲ ਸੀ ਮਾਖੇ ਪਿੰਡ ਦਾ ਰਕਬਾ ਥੋੜਾ ਹੈ ਇਹਨਾਂ 1600-1700 ਕਿੱਲੇ ਜ਼ਮੀਨ ਹੈ ਮਾਖੇ ਦੀ ਦੋ ਮੋਗਿਆਂ ਤੇ ਜ਼ਮੀਨ ਪੈਦੀ ਹੈ ਦੋ ਮੋਗਿਆਂ ਤੇ ਸਾਰੀ ਮੈਂ ਸਰਕਾਰ ਤੋਂ ਆਪਦੇ 23 ਲੱਖ ਰੁਪਇਆ ਕਰਾਇਆ ਸੀ ਆਪਦੇ ਖਾਲ ਦਾ ਮਜ਼ਬੂਰ ਮੇਰਾ ਤਾਇਆ ਨੇ ਆਪਦੀ ਸਰਕਾਰ ਸੀ ਮੇਰੇ ਆਪਦੇ ਖਾਲ ਨਹੀਂ ਬਣਾਏ ਸੀ ਸਾਡੇ ਅਸੀਂ 3 ਭਾਈ ਹੈ ਸਾਡੇ 21 ਗੱਡਾਂ ਸੀ ਸਾਡੇ ਤਾਏ ਨੇ ਆਪਣੇ ਖਾਲ ਨਹੀਂ ਬਣਾਏ ਕਿਉਂ ਖਾਲ ਬਣ ਜਾਂਦੇ ਤਾਂ ਸਾਡੇ ਤਾਨੇ ਹੋ ਜਾਂਦੇ ਤੇ ਸਾਡੇ ਖਾਲ ਬਣੇ ਨਹੀਂ ਅੱਜ ਵੀ ਸਾਡੇ ਖਾਲ ਕੱਚੇ ਹੈ। ਇਸੇ ਸਰਕਾਰ ਚੋਂ ਮੈਂ 23 ਲੱਖ ਰੁਪਇਆ ਮਨਜ਼ੂਰ ਕਰਾਇਆ ਸੀ ਤਾਇਆ ਆਪਦੇ ਖਾਲ ਦਾ। ਇੱਕ ਦਿਨ ਮੈਂ ਚੱਲਦਾ ਚੱਲਦਾ ਇੱਥੇ ਫੱਟੇ ਤੇ ਆ ਗਿਆ ਤਾਏ ਹੁਣੀ ਸਾਰੇ ਬੈਠੇ ਸੀ ਇਹਨਾਂ ਨੇ ਆਖਿਆ ਵੀ ਸਾਡਾ ਇੱਕ ਖਾਲ ਹੈ ਬੰਧਾਈ ਦਾ 38 ਵਾਲਾ ਮੋਗਾ 28 ਵਾਲਾ ਇਹ ਕਹਿੰਦੇ ਸਾਡੇ 28 ਵਾਲਾ ਮੋਗਾ ਹੈ ਯਾਰ ਉਹ ਸਾਰਾ ਟੁੱਟਿਆ ਤੇ ਸਾਨੂੰ ਜੇ ਉਹਦਾ ਸਾਰਾ ਲੱਗ ਜੇ ਤੇ ਸਾਡਾ ਕੰਮ ਹੋਜੂ। ਮੈਂ ਆਪਦੇ 23 ਲੱਖਾਂ ਚੋਂ ਮੈਂ ਇਹਨਾਂ ਨੂੰ ਆਖਿਆ ਮੈਂ ਕਿਹਾ 10 ਲੱਖ ਰੁਪਇਆ ਮੈਂ ਤੁਹਾਨੂੰ ਦੇ ਦੂੰਗਾ ਮੇਰੇ ਤਾਂ 3 ਭਾਈ ਹੈ ਅਸੀਂ ਤਾਂ ਸਾਰ ਲਾਂਗੇ ਪਰ ਤੁਹਾਡੇ ਮੋਗੇ ਦੇ ਪਤਾ ਨਹੀਂ ਕਿੰਨੇ ਪਰਿਵਾਰ ਹੋਣਗੇ ਉਹ ਵਿਚਾਰੇ ਔਖੇ ਹੋਣਗੇ। ਮੈਂ 10 ਲੱਖ ਰੁਪਇਆ
ਇਹਨਾਂ ਨੂੰ 10 ਲੱਖ ਰੁਪਈਆ ਦਿੱਤਾ ਵੀ ਕੋਈ ਗੱਲ ਨਹੀਂ ਸਾਡਾ ਤਾਂ ਪਰਮਾਤਮਾ ਦੋ ਦਾਣੇ ਦੇ ਦੂਗਾ ਕੋਈ ਗੱਲ ਨਹੀਂ ਪਰ ਪਤਾ ਨਹੀਂ ਕਿੰਨੇ 100 ਪਰਿਵਾਰ ਹੋਣੇ ਆ ਉਧਰ ਵੀ ਆਪਾਂ ਉਹਨਾਂ ਨੂੰ ਸਾਂਭੀਏ ਤੇ ਉਹਦੀ ਮਨਜ਼ੂਰੀ ਵੀ ਆ ਗਈ ਹੈ ਸਾਰਾ ਸੌਦਾ ਕਰ ਲਿਆ ਭਾਈ ਮੇਰੀ ਸੋਚ ਤਾਂ ਤਰੱਕੀ ਵਾਲੀ ਹੈ ਸਾਰਿਆਂ ਨੂੰ ਨਾਲ ਲੈ ਕੇ ਤੁਰਦੀ ਹੈ ਮੈਨੂੰ ਤਾਂ ਤੁਸੀਂ ਕੰਮ ਭੁਲਾ ਦਿਓ ਤੇ ਮੈਂ ਤਾਂ ਚੜ ਜੂ ਕੰਮ ਲੈਣ ਤੁਹਾਨੂੰ ਕੰਮ ਲਿਆ ਕੇ ਦੇ ਦੂੰਗਾ ਮੈਨੂੰ ਨਹੀਂ ਪਤਾ ਕਿ ਲੜਾਈ ਹੈ ਔਰ ਮੈਂ ਦੇਖ ਦੇਖ ਕੇ ਸਾਰੀ ਉਮਰ ਲੜਾਈਆਂ ਦੇਖੀਏ ਮੈਂ ਆਖਿਆ ਪਿਆ ਮੈਂ ਤਾਂ ਇਲਾਕੇ ਵਾਸਤੇ ਭੱਜਾ ਕਰਦਾ ਇੰਨਾ ਧਿਆਨ ਕਰ ਲਿਓ ਇੱਕ ਹੀ ਤਰੀਕ ਹੈਗੀ ਹੈ ਇਸ ਵਾਰ ਜੇ ਤਿਲਕ ਗਏ ਫਿਰ 5 ਸਾਲ ਬਹੁਤ ਔਖੇ ਹੋਣਗੇ ਆਪਾਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ